ਅੱਜ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦਾ ਸਵੇਰੇ 10 ਵਜੇ ਐਲਾਨ ਕਰ ਦਿੱਤਾ ਗਿਆ ਤੇ ਫਿਲਹਾਲ ਦੀ ਘੜੀ ਇੱਕ ਕਿਸਾਨਾਂ ਦੀ ਵੱਡੀ ਮੀਟਿੰਗ ਜੋ ਹੈ ਉਹ ਰਾਜਪੁਰਾ ਦੇ ਕੋਲ ਚੱਲ ਰਹੀ ਹੈ। ਆਖਰੀ ਉੱਥੇ ਵਿਉਤਬੰਦੀ ਕੀਤੀ ਜਾਵੇਗੀ ਕਿ ਆਖਰ ਕਿਸ ਤਰੀਕੇ ਦੇ ਨਾਲ ਜੋ ਬੈਰੀਅਰ ਦੇ ਵੱਲ ਸ਼ੰਭੂ ਬੈਰੀਅਰ ਦੇ ਵੱਲ ਵਧਣਾ ਹੈ। ਤਾਂ ਫਿਲਹਾਲ ਦੀ ਘੜੀ ਤੁਹਾਨੂੰ ਦੱਸ ਦਈਏ ਕਿ ਤਿੰਨ ਬਾਰਡਰ, ਚਾਹੇ ਸ਼ੰਭੂ ਬਾਰਡਰ ਹੈ, ਟਿੱਕਰੀ ਬਾਰਡਰ ਹੈ, ਚਾਹੇ ਖਨੌਰੀ ਬਾਰਡਰ ਹੈ, ਤਾਂ ਉੱਥੇ ਪੁਲਿਸ ਦੇ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਕਿਸਾਨਾਂ ਨੂੰ ਰੋਕਣ ਦੇ ਲਈ। ਹਾਲਾਂਕਿ ਜੇਕਰ ਬੀਤੀ ਰਾਤ ਦੀ ਗੱਲ ਕੀਤੀ ਜਾਵੇ ਤਾਂ ਕੇਂਦਰ ਦੇ ਮੰਤਰੀਆਂ ਅਤੇ ਕਿਸਾਨਾਂ ਦੇ ਵਿਚਕਾਰ ਜੋ ਮੀਟਿੰਗ ਹੋਈ ਹੈ ਕਰੀਬ 6 ਘੰਟੇ ਚੱਲੀ ਹੈ ਉਹ ਬੇਸਿੱਟਾ ਰਹੀ ਹੈ। ਤੇ ਹੁਣ ਇਹ ਤਸਵੀਰਾਂ ਇੱਕ ਵਾਰ ਫੇਰ ਤੋਂ ਤੁਹਾਨੂੰ ਟਿੱਕਰੀ ਬਾਰਡਰ ਦੀਆਂ ਦਿਖਾ ਰਹੇ ਹਾਂ, ਜਿੱਥੇ ਕਿ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸਾਨਾਂ ਨੂੰ ਰੋਕਣ ਦੇ ਲਈ ਵੱਡੇ ਵੱਡੇ ਕੰਟੇਨਰ ਸੜਕਾਂ ਦੇ ਉੱਤੇ ਉਤਾਰ ਦਿੱਤੇ ਗਏ ਨੇ। ਕਈ ਲੇਅਰ ਦੀ ਸਖ਼ਤ ਬੈਰੀਕੇਡਿੰਗ ਕੀਤੀ ਗਈ ਹੈ, ਪੈਰਾ ਮਿਲਟਰੀ ਫੋਰਸ ਨੂੰ ਸੜਕਾਂ ਦੇ ਉੱਤੇ ਉਤਾਰਿਆ ਗਿਆ ਤੇ ਕਿਸਾਨਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਦਿੱਲੀ ਨਾ ਵੜਨ ਦਿੱਤਾ ਜਾਵੇ। ਤਾਂ ਇਹ ਤਸਵੀਰ ਹੁਣ ਟਿੱਕਰੀ ਬਾਰਡਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਪੁਲਿਸ ਦੇ ਵੱਲੋਂ ਜਿੱਥੇ ਵੱਡੇ ਵੱਡੇ ਪੱਥਰ ਸੜਕਾਂ ਤੇ ਲਗਾਏ ਗਏ ਨੇ ਉੱਥੇ ਹੀ ਸਰੀਏ ਦੀਆਂ ਵੱਡੀਆਂ ਮੇਖਾਂ ਲਗਾ ਕੇ ਵੀ ਸੜਕਾਂ ਦੇ ਉੱਤੇ ਜੋ ਟਰੈਕਟਰ ਅੱਗੇ ਨਾ ਵੱਧ ਸਕਣ ਉਹਨਾਂ ਦੇ ਲਈ ਲਗਾਈਆਂ ਗਈਆਂ ਨੇ ਕਿਸਾਨਾਂ ਨੂੰ ਰੋਕਣ ਦੇ ਲਈ। ਤਾਂ ਇਹ ਤਸਵੀਰਾਂ ਇੱਕ ਵਾਰ ਫੇਰ ਤੋਂ ਟਿੱਕਰੀ ਤੋਂ ਸਾਹਮਣੇ ਆਈਆਂ ਨੇ। ਹਾਲਾਂਕਿ ਪੁਲਿਸ ਦੇ ਵੱਲੋਂ ਡਰੋਨ ਰਾਹੀਂ ਵੀ ਕਿਸਾਨਾਂ ਦੀ ਹਰ ਇੱਕ ਗਤੀਵਿਧੀ ਦੇ ਉੱਤੇ ਨਜ਼ਰ ਰੱਖੀ ਜਾਵੇਗੀ। ਪਰ ਦੱਸ ਦਈਏ ਕਿ ਕਿਸਾਨ ਜੋ ਨੇ ਉਹਨਾਂ ਨੇ ਹੁਣ ਐਲਾਨ ਕਰ ਦਿੱਤਾ ਕਿ ਉਹ ਅੱਜ ਸਵੇਰੇ ਹਰ ਹਾਲ ਦੇ ਵਿੱਚ ਦਿੱਲੀ ਵੱਲ ਕੂਚ ਕਰਨਗੇ। ਤਾਂ ਮਾਹੌਲ ਜਿੱਥੇ ਲਗਾਤਾਰ ਤਣਾਅਪੂਰਨ ਹੁੰਦਾ ਜਾ ਰਿਹਾ ਉੱਥੇ ਇੱਕ ਆਖਰੀ ਮੀਟਿੰਗ ਜੋ ਹੈ ਕਿਹਾ ਜਾ ਸਕਦਾ ਕਿ ਉਹ ਰਾਜਪੁਰਾ ਦੇ ਕੋਲ ਚੱਲ ਰਹੀ ਹੈ। ਕਈ ਕਿਸਾਨ ਜਥੇਬੰਦੀਆਂ ਇਸ ਦੇ ਵਿੱਚ ਸ਼ਾਮਲ ਹੋਈਆਂ ਨੇ ਤੇ ਆਖਰੀ ਵਿਉਤਬੰਦੀ ਕੀ ਹੋਵੇਗੀ ਉਸ ਦੇ ਬਾਰੇ ਵਿਚਾਰ ਚਰਚਾ ਕਿਸਾਨ ਆਗੂਆਂ ਦੇ ਵੱਲੋਂ ਕੀਤੀ ਜਾ ਰਹੀ ਹੈ। ਅੱਜ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦਾ ਸਵੇਰੇ 10 ਵਜੇ ਐਲਾਨ ਕਰ ਦਿੱਤਾ ਗਿਆ ਤੇ ਫਿਲਹਾਲ ਦੀ ਘੜੀ ਇੱਕ ਕਿਸਾਨਾਂ ਦੀ ਵੱਡੀ ਮੀਟਿੰਗ ਜੋ ਹੈ ਉਹ ਰਾਜਪੁਰਾ ਦੇ ਕੋਲ ਚੱਲ ਰਹੀ ਹੈ। ਆਖਰੀ ਉੱਥੇ ਵਿਉਤਬੰਦੀ ਕੀਤੀ ਜਾਵੇਗੀ ਕਿ ਆਖਰ ਕਿਸ ਤਰੀਕੇ ਦੇ ਨਾਲ ਜੋ ਬੈਰੀਅਰ ਦੇ ਵੱਲ ਸ਼ੰਭੂ ਬੈਰੀਅਰ ਦੇ ਵੱਲ ਵਧਣਾ ਹੈ। ਤਾਂ ਫਿਲਹਾਲ ਦੀ ਘੜੀ ਤੁਹਾਨੂੰ ਦੱਸ ਦਈਏ ਕਿ ਤਿੰਨ ਬਾਰਡਰ, ਚਾਹੇ ਸ਼ੰਭੂ ਬਾਰਡਰ ਹੈ, ਟਿੱਕਰੀ ਬਾਰਡਰ ਹੈ, ਚਾਹੇ ਖਨੌਰੀ ਬਾਰਡਰ ਹੈ, ਤਾਂ ਉੱਥੇ ਪੁਲਿਸ ਦੇ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਕਿਸਾਨਾਂ ਨੂੰ ਰੋਕਣ ਦੇ ਲਈ। ਹਾਲਾਂਕਿ ਜੇਕਰ ਬੀਤੀ ਰਾਤ ਦੀ ਗੱਲ ਕੀਤੀ ਜਾਵੇ ਤਾਂ ਕੇਂਦਰ ਦੇ ਮੰਤਰੀਆਂ ਅਤੇ ਕਿਸਾਨਾਂ ਦੇ ਵਿਚਕਾਰ ਜੋ ਮੀਟਿੰਗ ਹੋਈ ਹੈ ਕਰੀਬ 6 ਘੰਟੇ ਚੱਲੀ ਹੈ ਉਹ ਬੇਸਿੱਟਾ ਰਹੀ ਹੈ। ਤੇ ਹੁਣ ਇਹ ਤਸਵੀਰਾਂ ਇੱਕ ਵਾਰ ਫੇਰ ਤੋਂ ਤੁਹਾਨੂੰ ਟਿੱਕਰੀ ਬਾਰਡਰ ਦੀਆਂ ਦਿਖਾ ਰਹੇ ਹਾਂ, ਜਿੱਥੇ ਕਿ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸਾਨਾਂ ਨੂੰ ਰੋਕਣ ਦੇ ਲਈ ਵੱਡੇ ਵੱਡੇ ਕੰਟੇਨਰ ਸੜਕਾਂ ਦੇ ਉੱਤੇ ਉਤਾਰ ਦਿੱਤੇ ਗਏ ਨੇ। ਕਈ ਲੇਅਰ ਦੀ ਸਖ਼ਤ ਬੈਰੀਕੇਡਿੰਗ ਕੀਤੀ ਗਈ ਹੈ, ਪੈਰਾ ਮਿਲਟਰੀ ਫੋਰਸ ਨੂੰ ਸੜਕਾਂ ਦੇ ਉੱਤੇ ਉਤਾਰਿਆ ਗਿਆ ਤੇ ਕਿਸਾਨਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਦਿੱਲੀ ਨਾ ਵੜਨ ਦਿੱਤਾ ਜਾਵੇ। ਤਾਂ ਇਹ ਤਸਵੀਰ ਹੁਣ ਟਿੱਕਰੀ ਬਾਰਡਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਪੁਲਿਸ ਦੇ ਵੱਲੋਂ ਜਿੱਥੇ ਵੱਡੇ ਵੱਡੇ ਪੱਥਰ ਸੜਕਾਂ ਤੇ ਲਗਾਏ ਗਏ ਨੇ ਉੱਥੇ ਹੀ ਸਰੀਏ ਦੀਆਂ ਵੱਡੀਆਂ ਮੇਖਾਂ ਲਗਾ ਕੇ ਵੀ ਸੜਕਾਂ ਦੇ ਉੱਤੇ ਜੋ ਟਰੈਕਟਰ ਅੱਗੇ ਨਾ ਵੱਧ ਸਕਣ ਉਹਨਾਂ ਦੇ ਲਈ ਲਗਾਈਆਂ ਗਈਆਂ ਨੇ ਕਿਸਾਨਾਂ ਨੂੰ ਰੋਕਣ ਦੇ ਲਈ। ਤਾਂ ਇਹ ਤਸਵੀਰਾਂ ਇੱਕ ਵਾਰ ਫੇਰ ਤੋਂ ਟਿੱਕਰੀ ਤੋਂ ਸਾਹਮਣੇ ਆਈਆਂ ਨੇ। ਹਾਲਾਂਕਿ ਪੁਲਿਸ ਦੇ ਵੱਲੋਂ ਡਰੋਨ ਰਾਹੀਂ ਵੀ ਕਿਸਾਨਾਂ ਦੀ ਹਰ ਇੱਕ ਗਤੀਵਿਧੀ ਦੇ ਉੱਤੇ ਨਜ਼ਰ ਰੱਖੀ ਜਾਵੇਗੀ। ਪਰ ਦੱਸ ਦਈਏ ਕਿ ਕਿਸਾਨ ਜੋ ਨੇ ਉਹਨਾਂ ਨੇ ਹੁਣ ਐਲਾਨ ਕਰ ਦਿੱਤਾ ਕਿ ਉਹ ਅੱਜ ਸਵੇਰੇ ਹਰ ਹਾਲ ਦੇ ਵਿੱਚ ਦਿੱਲੀ ਵੱਲ ਕੂਚ ਕਰਨਗੇ। ਤਾਂ ਮਾਹੌਲ ਜਿੱਥੇ ਲਗਾਤਾਰ ਤਣਾਅਪੂਰਨ ਹੁੰਦਾ ਜਾ ਰਿਹਾ ਉੱਥੇ ਇੱਕ ਆਖਰੀ ਮੀਟਿੰਗ ਜੋ ਹੈ ਕਿਹਾ ਜਾ ਸਕਦਾ ਕਿ ਉਹ ਰਾਜਪੁਰਾ ਦੇ ਕੋਲ ਚੱਲ ਰਹੀ ਹੈ। ਕਈ ਕਿਸਾਨ ਜਥੇਬੰਦੀਆਂ ਇਸ ਦੇ ਵਿੱਚ ਸ਼ਾਮਲ ਹੋਈਆਂ ਨੇ ਤੇ ਆਖਰੀ ਵਿਉਤਬੰਦੀ ਕੀ ਹੋਵੇਗੀ ਉਸ ਦੇ ਬਾਰੇ ਵਿਚਾਰ ਚਰਚਾ ਕਿਸਾਨ ਆਗੂਆਂ ਦੇ ਵੱਲੋਂ ਕੀਤੀ ਜਾ ਰਹੀ ਹੈ।